ਸੰਘਰਸ਼ ਕਿਹੜੀ ਰਹੀ ਆ ਲੋ ਅੱਜ ਬੀਜੇਪੀ ਦੇ ਕੈਂਡੀਡੇਟ ਦੀ ਅਸੀਂ ਬੱਬੂ ਦਾ ਜਗ੍ਹਾ ਜਗ੍ਹਾ ਦੇ ਵਿਰੋਧ ਕੀਤਾ ਜਾ ਰਿਹਾ ਤੇ ਅਸੀਂ ਬੱਬੂ ਜਿਹੜਾ ਪ੍ਰੋਗਰਾਮ ਸੀ ਇਹ ਕਾਦੀਆਂ ਕਿੱਜ ਉੱਥੇ ਮਾਝਾ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਦਾ ਜਗ੍ਹਾ ਜਗ੍ਹਾ ਤੇ ਰੋਕ ਕੇ ਵਿਰੋਧ ਕੀਤਾ ਜਾ ਰਿਹਾ ਸਾਡਾ ਮਾਝਾ ਸੰਘਰਸ਼ ਕਮੇਟੀ ਦੇ ਪ੍ਰਧਾਨ ਔਲਖ ਜੀ ਰਾਜੂ ਔਲਖ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਿਹਦਾ ਵਿਰੋਧ ਕੀਤਾ ਜਾ ਰਿਹਾ ਤੇ ਕਿਉਂ ਕੀਤਾ ਜਾ ਰਿਹਾ ਦੇਖੋ ਜਿਹੜੇ ਤੁਹਾਡੇ ਸਾਡੇ ਆ ਗੁਰਦਾਸਪੁਰ ਦੇ ਜਿਹੜੇ ਐਮ ਪੀ ਹਲਕੇ ਤੋਂ ਖੜੇ ਆ ਬੱਬੂ ਜੀ ਉਹਨਾਂ ਦਾ ਅੱਜ ਸਾਡੇ ਜਿੱਦਾਂ ਇੱਥੇ ਗੁਰਦਾਸਪੁਰ ਜ਼ਿਲ੍ਹੇ 'ਚ ਹੀ ਤਿੰਨ ਪ੍ਰੋਗਰਾਮ ਸੀ ਇੱਕ ਕੋਟ ਜੋਗਰਾ ਸੀ ਇੱਕ ਇੱਥੇ ਕਾਨੂੰਆਣਾ ਅਤੇ ਇੱਕ ਭੈਣੀ ਮੀਆਂ ਖਾਂ ਸਾਨੂੰ ਸਵੇਰੇ ਹੀ ਪਤਾ ਲੱਗਾ ਵੀ ਇੱਥੇ ਤਿੰਨ ਜਗ੍ਹਾ 'ਤੇ ਆ ਰਹੇ ਆ ਅਤੇ ਅਸੀਂ ਆਪਣੇ ਕੇਡਰ ਨੂੰ ਕਿਹਾ ਵੀ ਆਪਾਂ ਇਹਦਾ ਵਿਰੋਧ ਕਰਨਾ ਕਿਉਂਕਿ ਪੂਰੇ ਪੰਜਾਬ ਵਿੱਚ ਹੀ ਬੀਜੇਪੀ ਦਾ ਵਿਰੋਧ ਆ ਅਤੇ ਵਿਰੋਧ ਇਸ ਕਰਕੇ ਆ ਹੋ ਸਕਦਾ ਸਾਡੇ ਵੀਰ ਕਹਿੰਦੇ ਹੋਣ ਵੀ ਜਾਣ ਕੇ ਘਰੇ ਵਿਰੋਧ ਕਰਦੇ ਜਾਣ ਕੇ ਨਹੀਂ ਕਰਦੇ ਸਾਡੇ ਮੇਰੇ ਖਿਆਲ 900 ਤੋਂ ਵੱਧ ਹੋਣ ਤੱਕ ਕਿਸਾਨ ਜਿਹੜੇ ਆ ਉਹ ਬਾਰਡਰਾਂ ਦੇ ਉੱਤੇ ਸ਼ਹੀਦ ਹੋ ਕੇ 751 ਤੇ ਹੀ ਦਿੱਲੀਓਂ ਲਿਆਏ ਉਦੋਂ ਅਤੇ ਕੁਛ ਹੁਣ ਹੋ ਗਏ ਦੁਬਾਰਾ ਜਿਹੜੇ ਦੋਹਰੇ ਅਤੇ ਜਿਹੜਾ ਸਾਡਾ ਵੀਰ ਆ ਜਿਹਦੇ ਕਦੇ ਗੋਲੀ ਮਾਰੀ ਹੈ ਸਿਰ 'ਚ ਸ਼ੁਭ ਕਰਨ ਉਹਦਾ ਕੀ ਕਸੂਰ ਹੈ ਉਹਦਾ ਕੋਈ ਕਸੂਰ ਸੁਣਾਏ ਜਿਹੜੇ ਉੱਥੇ ਇੰਨੇ ਸ਼ਹੀਦ ਹੋ ਗਏ ਬਾਰਡਰਾਂ 'ਤੇ ਬਹਿ ਬਹਿ ਕੇ ਜਿਨ੍ਹਾਂ ਨੇ ਆਪਣੇ ਸਰੀਰ 'ਤੇ ਇੰਨਾ ਤਸੱਦਰ ਝੱਲਿਆ ਧੁੱਪਾਂ ਝੱਲੀਆਂ ਗਰਮੀਆਂ ਝੱਲੀਆਂ ਹਨੇਰੀਆਂ ਝੱਲੀਆਂ ਕਈ ਵਿਚਾਰੇ ਉੱਥੇ ਸ਼ਹੀਦ ਹੋ ਗਏ ਉਹਨਾਂ ਦਾ ਕੀ ਕਸੂਰ ਹੈ ਮੰਗ ਕੀ ਹੈ ਸਾਡੀ ਵਿਰੋਧ ਅਸੀਂ ਕਿਉਂ ਕਰਦੇ ਹਾਂ ਉਹ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦੇ ਵਿਰੋਧ ਅਸੀਂ ਤਾਂ ਕਰਦੇ ਹਾਂ ਭਰਾਓ ਵੀ ਸਹੀ ਜਿਹੜੀ ਫਸਲ ਬੀਜਦੇ ਉਹਦਾ ਅਸੀਂ ਗਰੰਟੀ ਦਾ ਕਾਨੂੰਨ ਮੰਗਦੇ ਹਾਂ ਵੀ ਸਾਡੀ ਫਸਲ ਹੈ ਕਿੰਨੇ ਨੂੰ ਅਤੇ ਕਿੱਥੇ ਵੇਚੂਗੀ ਕਿੰਨੇ ਦਿਨਾਂ ਬਾਅਦ ਪੈਸੇ ਆਉਣਗੇ ਇਹ ਗੱਲ ਦਾ ਅਸੀਂ ਗਰੰਟੀ ਇਹਨਾਂ ਕੋਲ ਮੰਗਦੇ ਹਾਂ ਅਤੇ ਇਹ ਜਿਹੜੀ ਇਹ ਚੀਜ਼ ਮੰਗਦੇ ਉਹ ਕਿਤੇ ਨਾ ਅਸੀਂ ਤੁਹਾਨੂੰ ਦੇਣੀ ਨਹੀਂ ਇਹ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ 1000 ਕਰੋੜ ਰੁਪਏ ਕਰਜ਼ੇ ਵੀ ਮਾਫ਼ ਕਰਦੇ ਆ ਉਹਨਾਂ ਨੂੰ ਵੱਡੇ ਵੱਡੀਆਂ ਸੇਲੋ ਲਾਉਣ ਵਾਸਤੇ ਅਰੇ ਵੱਡੇ ਵੱਡੇ ਫਾਰਮ ਬਣਾਉਣ ਵਾਸਤੇ ਸਾਨੂੰ ਜ਼ਮੀਨ 'ਚੋਂ ਬਾਹਰ ਕੱਢਣ ਦੀ ਤਿਆਰੀ ਆ ਅਤੇ ਜਿਹੜੇ ਆਹ ਜਿਹੜੇ ਛੋਟੇ ਦੁਕਾਨਦਾਰ ਆ ਸਾਡੇ ਵੀਰ ਇਸ ਇਹ ਸਾਡੇ ਨਾਲ ਤਾਂ ਨਹੀਂ ਰਲਦੇ ਵੀ ਸਾਡੀਆਂ ਦੁਕਾਨਾਂ 'ਤੇ ਚੱਲਣ ਰਹੀਆਂ ਇਹ ਭਰਾਓ ਦੁਕਾਨਾਂ ਉਹਨਾਂ ਚਿਰ ਹੀ ਚੱਲਦੀਆਂ ਆ ਚੱਲਣੀਆਂ ਵਾ ਜਿੰਨਾ ਚਿਰ ਅਸੀਂ ਜਿੰਦੇ ਹਾਂ ਜਦੋਂ ਅਸੀਂ ਡਿੱਗ ਪਏ ਨਾ ਜਦੋਂ ਕਿਸਾਨ ਮਜ਼ਦੂਰ ਛੋਟਾ ਡਿੱਗ ਪਿਆ ਸਾਰਾ ਅਤੇ ਫਿਰ ਇਹ ਤੁਹਾਡੇ ਨਹੀਂ ਚੱਲਣੇ ਇੱਥੇ ਵੱਡੇ ਮਾਹੌਲ ਹੀ ਖੁੱਲ੍ਹਣੇ ਆ ਫਿਰ ਤੁਸੀਂ ਵੀ ਵਿਰੋਧ ਕਰਿਆ ਕਰਨਾ ਇੱਥੇ ਬਹਿ ਕੇ ਵੀ ਵੱਡੇ ਕਾਨੂੰਨ 'ਚ ਚਾਰ ਆ ਗਏ ਜੀ ਮਾਹੌਲ ਆ ਗਿਆ ਵੱਡਾ ਉੱਥੇ ਲੋਕ ਜਾਂਦੇ ਸਾਡੇ ਤੇ ਕੋਈ ਜਾਂਦਾ ਨਹੀਂ ਵਿਰੋਧ ਸਰ ਬੀਜੇਪੀ ਕਹਿੰਦਾ ਦੂਜਾ ਵੀ ਕਰ ਰਹੇ ਸਰ ਦੇਖੋ ਹਾਲ ਦੀ ਘੜੀ ਅਜੇ ਬੀਜੇਪੀ ਦਾ ਵੇਖੇ ਜਿਹੜੀ ਮੌਜੂਦਾ ਸਰਕਾਰ ਆ ਉਹ 'ਚ ਵੀ ਵਿਰੋਧ ਅਸੀਂ ਦਰਜ ਕਰਾਉਣੇ ਆ ਉੱਥੇ ਨਾਲ ਵੀ ਸਾਡੇ ਬਹੁਤ ਇਸ਼ੂ ਆ ਸਾਡੇ ਗੰਨੇ ਦੇ 55 ਰੁਪਏ ਰੇਟ ਗੰਨਾ ਪੈਸੇ ਲੈਣ ਵਾਲੇ ਆ ਜਿਹ 'ਚੋਂ 1 ਰੁਪਈਆ ਨਹੀਂ ਮਿਲਿਆ ਸਾਰੀਆਂ ਪੇਮੈਂਟਾਂ ਜਿਹੜੀਆਂ ਮਿੱਲਾਂ ਵਾਲਿਆਂ ਦੀਆਂ ਹੋ ਗਈਆਂ ਅਤੇ ਸਰਕਾਰ ਨੇ ਉਹ 'ਚ ਮੰਨ ਕੇ ਸਾਡੇ ਨਾਲ ਅਤੇ ਉਹ 1 ਰੁਪਈਆ ਦਿੱਤਾ ਉਹ ਇੱਦਾਂ ਨਹੀਂ ਮੰਨਿਆ ਇਹਨਾਂ ਨੇ ਅਸੀਂ ਪੂਰੇ 4-5 ਦਿਨ ਤੁਹਾਨੂੰ ਆਣੀ ਫਾੜਕ 'ਤੇ ਧਰਨਾ ਲਾ ਕੇ ਇਹਨਾਂ ਨਾਲ ਸਾਡੀ ਮਨ ਮਨਾਤੀ ਹੋਈ ਇੱਥੋਂ ਤੱਕ ਰੇਲਾਂ ਵੀ ਡੱਕੀਆਂ ਸੀ ਅਤੇ ਫਿਰ ਜਾ ਕੇ ਇਹਨਾਂ ਮਿੱਲਾਂ 'ਚ ਲਾਈਆਂ ਸੀ ਅਤੇ ਉਹ ਅਜੇ ਤੱਕ ਸਾਨੂੰ ਪੈਸਾ ਨਹੀਂ ਦਿੱਤਾ ਉਹਦੇ ਵਾਸਤੇ ਸਾਨੂੰ ਦੁਬਾਰਾ ਰੇਲਾਂ ਦੀ ਬਜਾਏ ਜਾਣ ਦੀ ਜਿੱਥੇ ਜਿੱਥੇ ਇਹਨਾਂ ਦਾ ਕੈਂਡੀਡੇਟ ਆਊਗਾ ਉਹਨਾਂ 'ਚ ਵੀ ਦੌੜ ਜਿਹੜੀ ਲਵਾਵਾਂਗੇ 2-4 ਦਿਨਾਂ ਦੇ ਵਿੱਚ ਸਾਡੀ ਉਹਨਾਂ ਦੇ ਸੰਬੰਧ ਵਿੱਚ ਵੀ ਮੀਟਿੰਗ ਜਿਹੜੀ ਹੈ ਆਪਸ 'ਚ ਦੀ ਕਰਕੇ ਸੰਯੁਕਤ ਮੋਰਚੇ ਨਾਲ ਮੀਟਿੰਗ ਕਰਕੇ ਅਤੇ ਉਹਨਾਂ ਉਹਦੇ ਦੀ ਦੌੜ ਜਿਹੜੀ ਆ ਉਹ ਲਵਾਵਾਂਗੇ ਕਿਸਾਨ ਜਥੇਬੰਦੀ ਆਗੂ ਜਿਹਨਾਂ ਕਹਿੰਦਾ ਜੀ ਅਸੀਂ ਜਿਹੜੇ ਸੱਤਾਧਾਰੀ ਪਾਰਟੀ ਆਗੂ ਲੀਡਰ ਨੇ ਜੋ ਚੋਲਾਂ ਉਹਨਾਂ ਦਾ ਵੀ ਆਉਣ ਵਾਲਾ ਟਾਈਮ ਵਿਰੋਧ ਕਰਾਂਗੇ ਉਹ ਵਰਦੀ ਪਾਰਟੀ ਦੇ ਸਕਦੇ ਵੀ ਇਹ ਵਿਰੋਧ ਕਰਨ ਵਾਸਤੇ ਕਿਸਾਨ ਆਪਣੇ ਕੰਮ ਕਰਕੇ ਘਰ ਛੱਡ ਕੇ ਇੱਥੇ ਖੜੇ ਨੇ ਉਹਨਾਂ ਦਾ ਕਹਿਣਾ ਜੇ ਬੀਜੇਪੀ ਦੇ ਤਾਂ ਵਿਰੋਧ ਕਰਾਂਗੇ ਕਿਉਂਕਿ ਸਾਡੀਆਂ ਨਾ ਮੰਗਾਂ ਨਹੀਂ ਮੰਨੀਆਂ ਤਾਂ ਸਾਨੂੰ ਦਿੱਲੀ ਵਿੱਚ ਧਰਨਾ ਵੀ ਲਾਉਂਦਾ ਪੰਜਾਬ ਤੱਕ ਲਈ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਕਿਸਾਨ ਜਥੇਬੰਦੀ ਵੱਲੋਂ ਦਿਨੇ ਸਿੰਘ ਬੱਬੂ ਦਾ ਵਿਰੋਧ ਕੀਤਾ ਜਾ ਰਿਹਾ ਬੱਬੂ ਜੀ ਕਿਸਾਨ ਜਥੇਬੰਦੀ ਵਿਰੋਧ ਕਰ ਰਹੀਆਂ ਕੀ ਕਾਰਨ ਆ ਨਾਗ ਮੱਟੀ ਆ ਰਿਹਾ ਜੀ ਕੋਈ ਕਿਸਾਨ ਵੀ ਆਪਣੇ ਭਰਾ ਨਾਲ ਕੋਈ ਗੱਲ ਨਹੀਂ ਤੁਹਾਨੂੰ ਰੈਲੀਆਂ ਨਹੀਂ ਕਰਨ ਦੇ ਰਹੇ ਰੈਲੀਆਂ ਕਰੇਗਾ ਨਹੀਂ ਰੋਜ ਕਰੇਗਾ ਚਲੋ ਬਾਅਦ ਚ ਪ੍ਰੋਗਰਾਮ ਚਾਹਾਂਗੇ ਨਾ ਜਿਵੇਂ ਦਿਨੇ ਸਿੰਘ ਬੱਬੂ ਜਿਹਨਾਂ ਕਹਿੰਦੇ ਕਿਸਾਨ ਵੀ ਆਪਣੇ ਭਰਾ ਨੇ ਕਿਸਾਨਾਂ ਦੀ ਜਿਹੜੀ ਗੱਲ ਸਾਨੂੰ ਪਿਆਰ ਔਰ ਦੇ ਸਕਦੇ ਤੁਸੀਂ ਸਾਹਮਣੇ ਕਿਸਾਨ ਜਥੇਬੰਦੀ ਆਗੂ ਨੇ ਜਿਹੜੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਉਹ ਇਹਨਾਂ ਦਾ ਬੱਬੂ ਬੀਜੇਪੀ ਮੁਰਦਾਬਾਦ ਦੇ ਨਾਲੇ ਲਾ ਰਹੇ ਨੇ ਦੱਸੋ ਵੀ ਇੱਕ ਬੰਨੇ ਬੀਜੇਪੀ ਵਰਕਰ ਬੀਜੇਪੀ ਜਿੰਦਾਬਾਦ ਨਾਲੇ ਲਗਾ ਰਹੇ ਨੇ ਔਰ ਦੂਸਰੇ ਬੰਨੇ ਕਿਸਾਨ ਜਥੇਬੰਦੀ ਆਗੂ ਬੀਜੇਪੀ ਮੁਰਦਾਬਾਦ ਦੇ ਨਾਲੇ ਲਗਾ ਰਹੇ ਔਰ ਸਰਕਾਰ ਮੁਰਦਾਬਾਦ ਨਾਲੇ ਲਗਾ ਰਹੇ ਦੱਸੋ ਵੀ ਆਉਣ ਵਾਲੇ ਵਿੱਚ ਇਹ ਜਿਹੜਾ ਮਾਹੌਲ ਆ
ਇੱਥੇ ਬੜਾ ਬਣਿਆ ਹੋਇਆ ਟਕਰਾਅ ਵਾਲਾ, ਕਿਉਂਕਿ ਇੱਕ ਦੂਜੇ ਬੀਜੇਪੀ ਦੇ ਵਰਕਰ ਨੇ ਪਰ ਇੱਕ ਵਾਰੀ ਕਿਸਾਨ ਜਥੇ ਦੇ ਆਗੂ ਨੇ, ਤੁਸੀਂ ਦੇਖ ਸਕਦੇ ਹੋ ਕਿਸਾਨ ਜਥੇ ਦੇ ਆਗੂ ਵੀ ਸਾਹਮਣੇ ਖੜੇ ਨੇ, ਉੱਧਰ ਇਸੇ ਪੱਪੂ ਵੀ ਅਸੀਂ ਆ ਗਏ ਨੇ, ਔਰ ਇਹਨਾਂ ਦਾ ਲਗਾਤਾਰ ਜਿਹੜਾ ਵਿਰੋਧ ਜਾਰੀ ਆ, ਔਰ ਕਿਸਾਨ ਜਥੇ ਦੇ ਆਗੂ ਉਹਨਾਂ ਨੂੰ ਝਣੀਆਂ ਵਿਖਾ ਰਹੇ, ਉਹਨਾਂ ਦਾ ਕਹਿਣਾ ਕਿ ਬੀਜੇਪੀ ਸਰਕਾਰ ਕਿਸਾਨਾਂ ਦੇ ਵਿਰੋਧੀ ਸਰਕਾਰ, ਇਸ ਕਰਕੇ ਇਹਨਾਂ ਦਾ ਵਿਰੋਧ ਕਰਾਂਗੇ। ਕਿਸਾਨ ਜਥੇ ਦੇ ਆਗੂ ਜਿਹੜੇ ਲਗਾਤਾਰ ਨਾਅਰੇ ਕਰ ਰਹੇ ਮਾਰੇ ਨੇ, ਉਹਨਾਂ ਇਹੀ ਕਹਿਣਾ ਕਿ ਦਿਨੇਸ਼ ਪੱਪੂ ਨੇ ਜਿਹੜੀ ਬੀਜੇਪੀ ਦਾ ਕਹਿਣਾ ਅਸੀਂ ਵਿਰੋਧ ਲਗਾਤਾਰ ਜਾਰੀ ਰੱਖਾਂਗੇ। ਤੁਸੀਂ ਦੇਖ ਲਓ ਦਿਨੇਸ਼ ਪੱਪੂ ਜਿਹੜਾ ਬੀਜੇਪੀ ਦੇ ਕਹਿਣਾ, ਉਹ ਜਿਹੜਾ ਗੱਡੀਆਂ ਦੀ ਜਾ ਰਹੀ ਹੈ, ਕਿਸਾਨ ਜਥੇ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ, ਪਰ ਉਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਬੀਜੇਪੀ ਸਰਕਾਰ ਨੇ ਸਾਡੀਆਂ ਮੰਗਾਂ ਨੇ ਮੰਨੀਆਂ, ਇਸ ਕਰਕੇ ਉਹਨਾਂ ਦਾ ਵਿਰੋਧ ਅਸੀਂ ਲਗਾਤਾਰ ਜਾਰੀ ਰੱਖਾਂਗੇ। ਕਿਸਾਨ ਜਥੇ ਦੇ ਆਗੂ ਜਿਹੜੇ ਨੇ ਲਗਾਤਾਰ ਦਿਨੇਸ਼ ਪੱਪੂ ਦਾ ਵਿਰੋਧ ਕਰ ਰਹੇ ਨੇ, ਉਹਨਾਂ ਦੀ ਗੱਡੀ ਗੱਡੀ ਸੇ ਕਾਫਲੇ ਚੋਂ ਲੰਘ ਰਹੀ, ਔਰ ਕਾਨੋਵਾਲ ਜਿਹੜਾ ਹਲਕਾ ਕਾਦੀਆਂ ਦੇ ਕਸਬਾ ਆ, ਉਹ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ। ਤੁਸੀਂ ਦੇਖ ਲਓ ਕਿਸਾਨ ਜਥੇ ਦੇ ਆਗੂ ਔਰ ਬੀਜੇਪੀ ਦੇ ਜਿਹੜੇ ਆਗੂ ਨੇ ਟਕਰਾਅ ਦਾ ਮਾਹੌਲ ਬਣਾਇਆ, ਆਹਮੋ ਸਾਹਮਣੇ ਖੜੇ ਨੇ, ਔਰ ਪੁਲਿਸ ਬੜੀ ਮੁਸ਼ਕਿਲ ਕੰਟਰੋਲ ਕਰ ਰਹੀ ਆ, ਔਰ ਨਾਜਾਬਾਈ ਜਿਹੜੀ ਲਗਾਤਾਰ ਜਾਰੀ ਆ, ਔਰ ਬੀਜੇਪੀ ਦੇ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਆ, ਔਰ ਬੀਜੇਪੀ ਵਾਲੇ ਕੈਂਡੀਡੇਟ ਇੱਥੋਂ ਜਾ ਸਕਦੇ ਨੇ, ਔਰ ਇਹ ਕਿਸਾਨ ਸਮਸਪਤੀ ਦੇ ਪ੍ਰਧਾਨ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਸਰ, ਕੀ ਕਰ ਰਹੇ ਹੋ? ਵਿਰੋਧ ਜਿਹੜਾ ਵਾ ਸ਼ਹਿਰ ਚ ਐਂਟਰ ਕੀਤਾ ਉਹਨਾਂ ਨੇ, ਤੇ ਪੂਰੇ ਸ਼ਹਿਰ ਵੱਲੋਂ ਹੀ ਵਿਰੋਧ ਆ ਵੀ ਜਿਹੜਾ ਸਾਡਾ ਕਿਸਾਨਾਂ ਦੀ ਕਾਤਲ ਪਾਰਟੀ ਆ, ਇਹਨੂੰ ਕੋਈ ਮੂੰਹ ਨਾ ਲਾਓ, ਇਹਦੇ ਕੈਂਡੀਡੇਟ ਨੂੰ ਮੂੰਹ ਨਾ ਲਾਓ, ਇਹ ਸਾਡੇ ਕਿਸਾਨਾਂ ਦੀ, ਮਜ਼ਦੂਰਾਂ ਦੀ, ਸਾਡੇ ਸਾਰਿਆਂ ਦੀ ਸਾਂਝੀ ਜਿਹੜੀ ਹੈ, ਇਹ ਜਿਹੜੀ ਹੈ ਕਾਤਲ ਪਾਰਟੀ ਹੈ। ਇਸ ਕਰਕੇ ਬੀਜੇਪੀ ਦਾ ਅੱਜ ਵਿਰੋਧ ਆ, ਦਿਨੇਸ਼ ਬੱਬੂ ਦਾ ਬਹੁਤ ਜ਼ਿਆਦਾ ਵਿਰੋਧ ਆ, ਤੇ ਇਹ ਕਰਾਂਗੇ, ਇਹ ਤੋਂ ਬਾਅਦ ਚ ਅਸੀਂ ਭੈਣੀਆਂ ਚੱਲਾਂਗੇ।